tényleges. ਬੇਟੋ ਭਾਈ ਤੁਸਾਂ ਦੀ ਸ਼ਾਦੀ ਹੈ ਪਹਿਲਾਂ ਵੀ 7000 ਰੁਪਏ ਦੀ ਸ਼ਾਦੀ ਹੈ ਜੀ ਕਦੋਂ ਅਗਲੇ ਮਹੀਨੇ 18 ਤਰੀਕ ਅੱਛਾ ਇਹ ਪਹਿਲੇ ਭਰਾ ਸੜੇ ਮਤਲਬ ਕਿ ਆਪੇ ਜਿੱਲੇ ਸਾਰਾ ਦੇ ਰਹੇ ਅਸੀਂ ਰੋਡ ਤੇ 7000 ਦੀ ਸ਼ਾਦੀ ਅੱਛਾ ਬੋਲੋ ਸਾਰਿਆਂ ਬਲਾਸੋ ਹਾਂ ਇਨਸ਼ਾਅੱਲਾ ਜੀ ਨਵਾਜ਼ ਸ਼ਰੀਫ ਦੇ ਪੁੱਤਰਾ ਬਲਾਸਾ ਮੁਸ਼ਰਫਾ ਬਲਾਸਾ ਅੱਛਾ ਇਹ ਤਲੇ ਕੇਨਾ ਸੋਸਤਾ ਸ਼ੇਖ ਸਾਹਿਬ ਉਹਨਾਂ ਦੇ ਵੱਡੇ ਭਰਾ ਅੱਛਾ ਉਹਨਾਂ ਵੀ ਬਲਾਸਾ ਅੱਛਾ ਇਹ ਸ਼ੋਕਤ ਅੰਕਲ ਵੀ ਬਲਾਸਾ ਅੱਛਾ ਇਹ ਪਾਰ ਸਾਡੇ ਜੁਏਦ ਅੰਕਲ ਉਹਨਾਂ ਵੀ ਬਲਾਸਾ ਅੱਛਾ ਇਹ ਉਤੇ ਕਿਹਨਾਂ ਨੇ ਨੇ ਵਾਲ ਸਾਹਿਬ ਕਿਹਨਾਂ ਦਾ ਇਹ ਜਿਹੜੇ ਉਰਲੇ ਪਾਸੇ ਅਰਸ਼ਦ ਭਾਜੀ ਇਹ ਅਰਸ਼ਦ ਭਾਜੀਆਂ ਬਲਾਸਾ ਹਾਂ ਇਹ ਨਾਲ ਤਸ਼ਵੀਨ ਦੇ ਵਾਲ ਸਾਹਿਬ ਆ ਬਲਾਸਾ ਅੱਛਾ ਇਹ ਮਤਲਬ ਕਿ ਇਹ ਭਰਾ ਸਾਡੇ ਅੱਛਾ ਮਲਾ ਚੁਮੀ ਫੈਲਾ ਮਤਲਬ ਇਹਨਾਂ ਬਲਾਸਾ ਅੱਛਾ ਇਹ ਗੱਡੀਆਂ ਇਨਸ਼ਾਅੱਲਾ ਉਥੋਂ ਅੱਛੀ ਸਰ ਕਿੰਨੀਆਂ ਕੋ ਮੰਜੀਆਂ ਕੋਸੋ ਤੁਸੀਂ ਇਹ ਤਕਰੀਬਨ ਜੀ ਅਸਾਂ ਤੇ ਦਾਵਤ ਦੇ ਦਿੱਤੀ ਕਮ ਉਸ ਕੰਮ ਨਹੀਂ 8000 ਆਦਮੀ ਹੈ ਅੱਛਾ ਤੇ ਉਹ ਦੱਸਦੇ ਸਰ ਕਿ ਤਕਰੀਬਨ 10 ਮੰਜੀਆਂ ਉਸੋਂ 500 ਬੱਕਰ ਅੱਛਾ 40 ਮਾਣ ਮੋਰੋ ਗਏ ਅੱਛਾ ਅੱਲਾ ਪਾਕ ਖੈਰ ਪੇਸ਼ ਕਰੇ ਤੇ ਇਨਸ਼ਾਅੱਲਾ ਅਗਲੇ ਮਹੀਨੇ ਫੰਕਸ਼ਨ ਦੇ ਕੋਲ ਕੇ ਸੰਭਲ ਫੰਕਸ਼ਨ ਤੇ ਕੋਈ ਹੋਸੀ ਫੰਕਸ਼ਨ ਉਤੇ ਇੱਕ ਵੱਡਾ ਭਰਾ ਸੀ ਪੁਨੂ ਅੱਛਾ ਪ੍ਰਾਜ ਹੋਸੀ ਅੱਛਾ ਉਹਨਾਂ ਦੀ ਇਹ ਲੋਥ ਇਹ ਨਾਲ ਹੋਸੀ ਅੱਛਾ ਅੱਲਾ ਕਰਸੀ ਇਨਸ਼ਾਅੱਲਾ ਸੋਹਣਾ ਮਸਲਾ ਸੀ ਕੰਮ ਬਰਬਾਦ ਸੀ ਮਕਸਦ ਆ ਤੁਸੀਂ ਇਤਨਾ ਕਿਉਂ ਬੇਦ ਆਤੇ ਚੁੱਪ ਚੁੱਪੀ ਤੇ ਕੰਮ ਕਰੋ ਨਾ ਨਾ ਚੁੱਪ ਚੁੱਪੀ ਤੇ ਦੋ ਸਿਆਸਤ ਵਿੱਚ ਆਣੇ ਦਾ ਐਲਾਨ ਜੀ ਆਸਾ ਅੱਲਾ ਖੈਰ ਪੇਸ਼ ਕੀਤੀ ਲੇਕਿਨ ਅਸਾਂ ਲੋਕਾਂ ਦੇ ਬੜੇ ਮਤਲਬ ਕਿ ਮਾਲ ਛਾਲ ਖਾ ਦੇ ਨਾ ਕੋਈ ਕਿਸੇ ਦੇ ਕੋਕੜ ਖਾ ਦੇ ਕਿਸੇ ਦੇ ਬੱਕਰੇ ਖਾ ਦੇ ਕਿਸੇ ਦੀ ਮੱਛੀ ਖਾ ਦੀ ਹੈ ਕਿਸੇ ਦੇ ਅਸਾਂ ਪੂਤੇ ਖਾ ਦੇ ਮਤਲਬ ਇਹ ਅਸਾਂ ਵੀ ਆਹੋ ਦਾਵਤ ਦੇਣੀ ਪਿਆਸੀ ਨਾ ਅੱਛਾ ਇਸੇ ਵਜ੍ਹਾ ਤੋਂ ਅੱਲਾ ਖੈਰ ਪੇਸ਼ ਕਰੇ ਇਨਸ਼ਾਅੱਲਾ ਅਗਲੇ ਮਹੀਨੇ 18 ਤਰੀਕ ਕੰਮ ਤੁਸੀਂ ਖਾਨ ਦੇ ਸ਼ਮਤ ਜੇ ਸਰਦਾਰ ਸਹੀ ਸਾਹਿਬ ਉਹਨਾਂ ਦੇ ਮੁਕਾਬਲੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿਓ ਉਹਨਾਂ ਦੇ ਮੁਕਾਬਲੇ ਵਿੱਚ ਇਨਸ਼ਾਅੱਲਾ ਖਲਸਾ ਅੱਲਾ ਖੈਰ ਪੇਸ਼ ਕਰੇ ਅੱਛਾ ਤੇ ਨਾਲ ਫਿਰ ਚੌਧਰੀ ਅਫੀਸ ਸਾਹਿਬ ਉਹਨੇ ਤਰਲੇ ਮਲੇ ਵਿੱਚ ਇਨਸ਼ਾਅੱਲਾ ਉਹ ਵੀ ਖਲਸਾ ਉਹਨਾਂ ਦੇ ਮੁਕਾਬਲੇ ਵਿੱਚ ਵੀ ਇਨਸ਼ਾਅੱਲਾ ਮੈਂ ਬਰਬੂਤ ਮਤਲਬ ਕਿ ਇਨਸ਼ਾਅੱਲਾ ਜਦੋਂ ਕਰਸਾ ਅੱਲਾ ਖੈਰ ਪੇਸ਼ ਕਰੇ ਚਲੋ ਪੁੱਤਰਾ ਲੇਟ ਹੋ ਜਾਏ ਕਿਹੜੀ ਸੀਟਾਂ ਸੇ ਨਾਜ਼ਰਾਂ ਸੇ ਖਲਸਾ ਨਾ ਕੌਂਸਲਰ ਹੀ ਸੀਟਾਂ ਪਹਿਲੇ ਤੇ ਉਸ ਤੋਂ ਬਾਅਦ ਅੱਲਾ ਕਰਸੀ ਅੱਲਾ ਤੁਸੀਂ ਕੌਂਸਲਰ ਦੀ ਸੀਟਾਂ ਵਾਸਤੇ ਇਦਾਂ ਕੁਝ ਰੋਟੀ ਪੇ ਕਰਦੇ ਹੋ ਲੋਕਾਂ ਨੂੰ ਬਸ ਅੱਲਾ ਪਾਕ ਖੈਰ ਪੇਸ਼ ਕਰੇ ਭਰਾਵਾਂ ਦੀ ਦੁਆ ਨਹੀਂ ਚਾਹੀਦੀ ਅਖਰਜਾਤ ਬੂਨ ਮਲੋਕ ਦੇ ਹਾਲਾਤ ਵੀ ਖਰਾਬ ਹੋਣ ਤਬਦੀਲੀ ਆਈ ਆਖਰ ਖਰਚਾ ਆਈ ਦੀ ਹੈ ਤਬਦੀਲੀ ਠੀਕ ਹੈ ਨਾ ਹਾਂ ਜੀ ਤਬਦੀਲੀ ਦੇ ਅਸਾਂ ਗਰੀਬਾਂ ਵਾਸਤੇ ਬਹੁਤ ਅੱਛੀ ਹੈ ਧਰਨੇ ਦੇ ਕੀ ਆਤੇ ਹੋ ਰੋਟੀ ਦੀ ਵੀ ਰਹਿਣ ਹੋ ਗਿਆ ਔਰ ਅੱਲਾ ਖੈਰ ਪੇਸ਼ ਕੀਤੀ ਜਿਹੜੇ 1100 ਰੁਪਏ ਦਾ ਅਸੀਂ ਤਰੋਲਾ ਖਾਣੇ ਇਨਸ਼ਾਅੱਲਾ 1500 ਦਾ ਖਾਸਾ ਅੱਲਾ ਖੈਰ ਪੇਸ਼ ਕਰੇ ਤੂੰ ਉਥੋਂ ਮੂੰਹੇ ਬੰਦ ਕਰ ਜਾਈਂ ਹਾਲਾਤ ਬੜਾ ਖਰਾਬ ਹੋਣ ਤੇ ਇਸ ਵਜ੍ਹਾ ਤੋਂ ਮੈਂ ਦਾਵਤ ਦੇਣਾ ਭਰਾਵਾ ਸਾਰਾ ਇਹ ਜਿਹੜੇ ਡੱਬੇ ਛੱਬੇ ਨੇ ਉਹ ਤਾਂ ਭਰਾ ਨੇ ਇਹਨਾਂ ਆਪ ਪੁੱਛਣ ਜੋ ਲੋ ਕਿਉਂਕਿ ਹੁਣ ਜਰਾ ਟਾਈਮ ਹੋ ਗਿਆ ਬਹੁਤ ਸਾਰਾ ਲੇਟ ਹੋ ਗਏ ਇਹ ਧਰਨਾ ਜਿਹੜਾ ਜਾਰੀ ਹੈ ਇਸ ਤੇ ਮਤਲਬ ਕੀ ਆਤੀ ਇਹ ਧਰਨਾ ਵੀ ਜਿਹੜਾ ਇਨਸ਼ਾਅੱਲਾ ਅੱਲਾ ਖੈਰ ਪੇਸ਼ ਕਰੇ ਨਾ ਜੀ ਕਿਉਂ ਫਿਰ ਹੁੰਦੀ ਕਰਦੇ ਹੋ ਇਹਨਾਂ ਕਾਇਦਾ ਤੋਂ ਬਾਬੇ ਜੀ ਦੇਖੋ ਜੀ ਅੱਲਾ ਖੈਰ ਪੇਸ਼ ਕਰੇ ਕਾਇਦਾ ਤੋਂ ਬਾਬਾ ਉਹਨੀ ਦੀ ਜ਼ਾਤ ਕਰਕੇ ਲੇਕਿਨ ਤੂੰ ਪਿੱਛੋ ਕੇ ਗੱਲ ਕਰ ਸੀ ਪਿੱਛੋ ਕੇ ਸਾਬਾ ਇਹ ਭਾਈ ਅਸੀਂ ਇਸ ਵਜ੍ਹਾ ਤੋਂ ਧਰਨੇ ਵਾਸਤੇ ਜਦੋਂ ਜਾਤ ਵੀ ਕਰਨੇ ਆ ਤੂੰ ਮੂੰਹ ਬੰਦ ਕਰਨਾ ਆਉਗਾ ਅਸੋ ਲੋਕ ਗੱਲ ਨਹੀਂ ਹੁੰਦੀ ਦੇਖੋ ਜੀ ਗਰੀਬ ਆਵਾਮ ਜਿੱਥੇ ਵੀ ਹੈ ਅੱਲਾ ਖੈਰ ਪੇਸ਼ ਕਰੇ ਭੁੱਖੀ ਮਰਸੀ ਅੱਛਾ ਭੁੱਖੀ ਮਰਸੀ ਜਿਹੜੇ ਲੋਕ ਆਏ ਨੇ ਚੂਪੇ ਚਾਪੇ ਦੇ ਇਹ ਲੋਕ ਨੂੰ ਲਾਭ ਹੋਣੇ ਅਸੀਂ ਗਰੀਬ ਲੋਕ ਮਤਲਬ ਇਹ ਨੋਟ ਨਾ ਚਾਹੀਦਾ ਇਹ ਬਹੁਤ ਹਾਲਾਤ ਖਰਾਬ ਹੋਣੇ 1000 ਰੁਪਏ ਅਸਾਂ ਬਹੁਤ ਸੱਟੇ ਦਿੰਦੇ ਅਸਾਂ ਇਹ ਇਸ ਵਜ੍ਹਾ ਤੋਂ ਭਰਾਓ ਇਨਸ਼ਾਅੱਲਾ ਅੱਲਾ ਖੈਰ ਪੇਸ਼ ਕਰੇ ਪਕੌੜੇ ਆਏ ਨਾ ਇਹ ਭਾਈ ਤੁਸਾਂ ਦੇ ਇਤਾਂ ਹਜ਼ਾਰਾਂ ਨਾਲ ਨੋਟ ਸੱਟੇ ਨੇ ਨਾ ਤਾਂ ਲੋਕੀ ਆਖਦੇ ਤੁਸੀਂ ਬਸ ਅੱਲਾ ਖੈਰ ਪੇਸ਼ ਕਰੇ ਜੀ ਇਹ ਮੇਰੇ ਇਨਸ਼ਾਅੱਲਾ ਭਾਂਜੇ ਪੁੱਤਰ ਇਹ ਵੀ ਹੈ ਇਹਨਾਂ ਮੇਰੇ ਵਾਸਤੇ ਬੜਾ ਕੁਝ ਸੋਚਿਆ ਅੱਛਾ ਇਹਨਾਂ ਇਨਸ਼ਾਅੱਲਾ ਗੱਡੀਆਂ ਦੇਸਾ ਮਤਲਬ ਕਿ ਜਿਹੜਾ ਜਦੋਂ ਜਾਦ ਹੋਸੀ ਉਸ ਵਜ੍ਹਾ ਤੋਂ ਚਲੋ ਤੁਸਾਂ ਦੇ ਇਨਸ਼ਾਅੱਲਾ ਜਿਹੜਾ ਹੈ ਨਾ ਵਿਆਹ ਤੇ ਇੱਕ ਮਾਈ ਮੇਰੀ ਤਰਫੋਂ ਹੈ ਠੀਕ ਹੈ ਹਾਂ ਨੋ ਤੁਸਾਂ ਹੋਰ ਪੈਸੇ ਨਹੀਂ ਕਿੰਨੀਆਂ ਪੈਸੇ ਲਾਜ਼ਮੀ ਗੱਲ ਨਹੀਂ ਹੈ ਮੇਰੇ ਤਰਫੋਂ ਹੈ ਕਿਸ ਤੇ ਤਰਫੋਂ ਗਿਆ 8 ਹੋ ਗਈਆਂ ਨੇ ਸਮਝੋ ਇਸ ਤਰ੍ਹਾਂ ਪੇਸ਼ ਕਰੇ ਯਤੀਮਾਂ ਦਾ ਅੱਲਾ ਹੀ ਅੱਲਾ ਹੁੰਦਾ ਤੁਸੀਂ ਵੀ ਇੱਕ ਮਾਈ ਦੱਸੋ ਅਸਾਂ ਇਹ ਕਿਹਨਾਂ ਦੀ ਤਰਫੋਂ ਇਹ ਕਿਹਦਾ ਨਹੀਂ ਤਰੋ ਸੈਫੀ ਵੀ ਮਾਈ ਦੇ ਸੀ ਇੱਕ ਮਾਈ ਤੁਸਾਂ ਨਹੀਂ ਸਰ ਇਹ ਕੋਨਾਂ ਦੀ ਵੀ ਹੋ ਗਈ ਅੱਲਾ ਹਾਂ ਇਹ ਕਾਰੀ ਸਾਹਿਬ ਨੇ ਕਾਰੀ ਸਾਹਿਬ ਨੇ ਇਹ ਤੇ ਬਿਲਕੁਲ ਹਵਾ ਹੀ ਮਾਰ ਦੇਣੀ ਹੋਰ ਉਤੇ ਕੋਈ ਗੱਲ ਕਰੋ ਉਹ ਪਾਰਥ ਮੈਂ ਦੋ ਬਰਾਖਤ ਇਹਨਾਂ ਦੀ ਲਈ ਹੈ ਕਿ ਤਫੂ ਮੰਜ ਆਜ ਉਸੀ ਅੱਲਾ ਕਿਸੇ ਪੰਜਾਂ ਮਲੋ ਕੰਮ ਹੋਤ ਹੋ ਜਲਸੀ ਅੱਲਾ ਖੈਰ ਪੇਸ਼ ਕਰੇ ਅੱਛਾ ਦੁਆ ਕਰੋ ਅੱਲਾ ਖੈਰ ਪੇਸ਼ ਕਰੇ ਆਮੀਨ ਆਮੀਨ ਅਗਲੇ ਮਹੀਨੇ 18 ਤਰੀਕ ਇਨਸ਼ਾਅੱਲਾ ਕੰਮ ਮੁੱਕ ਜੋ ਸੇ ਮਿੱਠੂ ਭਾਈ ਦੀ ਸ਼ਾਦੀ ਹੈ ਤੇ ਸਾਰੇ ਫੇਸਬੁੱਕ ਵਾਲੇ ਜਿੰਨੇ ਵੀ ਆਏ ਨੇ ਭਰਾ ਸਾਰੇ ਨੈਟ ਤੇ ਜਿੰਨੇ ਦੇਖੇ ਸਾਰੇ ਆਇਓ ਆਮੀਨ 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 ਆਮੀਨ